ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਦੀ ਉਮੀਦਵਾਰੀ ਦੇ ਲਈ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਗੁਜਰਾਲ ਨੇ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਰਾਜ ਸਭਾ ਦੇ ਲਈ ਦੋਹਾਂ ਉਮੀਦਵਾਰਾਂ ਦੇ ਨਾਮ ਐਲਾਨੇ ਸਨ। ਕਾਬਲੇ ਗੌਰ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਕੱਤਰ ਨੇ ਅਤੇ ਨਰੇਸ਼ ਗੁਜਰਾਲ ਜਨਰਲ ਸਕੱਤਰ ਨੇ। 21 ਮਾਰਚ ਨੂੰ ਰਾਜ ਸਭਾ ਦੇ ਲਈ ਪੰਜਾਬ ਤੋਂ 3 ਮੈਂਬਰਾਂ ਦੀ ਚੋਣ ਹੋਵੇਗੀ, ਜਿਸ ਵਿੱਚ 2 ਮੈਂਬਰ ਅਕਾਲੀ ਦਲ ਅਤੇ 3 ਮੈਂਬਰ ਭਾਈਵਾਲ ਪਾਰਟੀ ਭਾਜਪਾ ਦਾ ਹੋਵੇਗਾ। ਫਿਲਹਾਲ ਢੀਂਡਸਾ ਅਤੇ ਗੁਜਰਾਲ ਮੌਜੂਦਾ ਰੂਪ ਦੇ ਵਿੱਚ ਰਾਜ ਸਭਾ ਦੇ ਮੈਂਬਰ ਨੇ, ਜਿਨ੍ਹਾਂ ਨੂੰ ਪਾਰਟੀ ਨੇ ਇੱਕ ਵਾਰ ਫਿਰ ਤੋਂ ਰਾਜ ਸਭਾ ਭੇਜਣ ਦਾ ਫੈਸਲਾ ਲਿਆ। ਅੱਜ ਜੋ ਹਮੇ ਨੋਮੀਨੇਸ਼ਨ ਮਿਲਾ ਹੈ ਪਾਰਟੀ ਕੀ ਤਰਫ ਸੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸਰਪ੍ਰਸਤ ਹੈ ਸ਼੍ਰੋਮਣੀ ਅਕਾਲੀ ਦਲ ਕੇ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪ੍ਰੈਜੀਡੈਂਟ ਹੈ, ਉਨਕਾ ਔਰ ਸਾਰੀ ਪਾਰਟੀ ਕਾ ਬਹੁਤ ਆਭਾਰੀ ਹੈ ਕਿ ਉਹਨਾਂ ਹਮੇ ਦੋਨੋਂ ਕੋ ਦੁਬਾਰਾ ਨੋਮੀਨੇਟ ਕੀਆ ਹੈ। ਔਰ ਹਮ ਯਕੀਨ ਦਿਲਾਤੇ ਹੈ ਪਾਰਟੀ ਕੋ ਵੀ, ਲੋਗੋਂ ਕੋ ਵੀ, ਕਿ ਹਮ ਪੂਰਾ ਜੋ ਹਮਾਰੀ ਡਿਊਟੀ ਹੋਗੀ ਪੂਰੀ ਤਨਦੇਹੀ ਸੇ ਨਿਭਾਏਂਗੇ। ਔਰ ਪੰਜਾਬ ਇਸ਼ੂਜ਼, ਨੈਸ਼ਨਲ ਇਸ਼ੂਜ਼ ਕੋਈ ਵੀ ਹੋਗਾ ਤੋ ਪਹਿਲੇ ਵੀ ਉਠਾਤੇ ਰਹੇ ਹੈ ਔਰ ਵੀ ਉਠਾਏਂਗੇ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਹਮਾਰੀ ਪਾਰਟੀ ਕੇ ਅਧਿਅਕਸ਼ ਹੈ, ਉਨਕੀ ਤਰਫ ਆਪਣਾ ਬਹੁਤ ਆਭਾਰ ਪ੍ਰਗਟ ਕਰਤਾ ਹੂੰ ਕਿ ਉਹਨਾਂ ਇੱਕ ਵਾਰ ਫਿਰ ਮੁਝੇ ਰਾਜ ਸਭਾ ਮੇਂ ਜਾਣੇ ਕਾ ਮੌਕਾ ਦਿਆ। ਮੈਂ ਪੰਜਾਬ ਕੇ ਲੋਗੋਂ ਕੋ ਔਰ ਦੇਸ਼ ਕੇ ਲੋਗੋਂ ਕੋ ਇਹ ਪੂਰਾ ਆਸ਼ਵਾਸਨ ਦੇਣਾ ਚਾਹਤਾ ਹੂੰ ਕਿ ਜੈਸੇ ਆਗੇ ਹਮ ਪੰਜਾਬ ਕੀ ਬਾਤ ਦਿੱਲੀ ਮੇਂ ਔਰ ਪਾਰਲੀਮੈਂਟ ਮੇਂ ਢੀਂਡਸਾ ਸਾਹਿਬ ਕੀ ਅਗਵਾਈ ਕੇ ਨੀਚੇ ਉਠਾਤੇ ਆਏ ਹੈ, ਆਗੇ ਵੀ ਪੰਜਾਬ ਕੀ ਹਿੱਤੋਂ ਕੀ ਉਸੀ ਤਰ੍ਹਾਂ ਹਮ ਰਕਸ਼ਾ ਕਰੇਂਗੇ।